ਆਮ ਚੋਣਾਂ ਹੋਣ ਅਤੇ ਇਲਜ਼ਾਮਬਾਜ਼ੀਆਂ ਦਾ ਦੌਰ ਨਾ ਹੋਵੇ, ਇਹ ਤਾਂ ਹੋ ਨਹੀਂ ਸਕਦਾ। ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ, ਉਵੇਂ ਹੀ ਸਿਆਸੀ ਪਾਰਟੀਆਂ ਵੱਲੋਂ ਇੱਕ ਦੂਜੇ ਤੇ ਦੂਸ਼ਣਬਾਜ਼ੀ ਵੱਧ ਰਹੀ ਹੈ ਅਤੇ ਇਲਜ਼ਾਮਬਾਜ਼ੀਆਂ ਵੀ ਸ਼ੁਰੂ ਹੋ ਗਈਆਂ ਨੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਰਸ਼ਨ ਸਿੰਘ ਸ਼ਵਾਲਕ ਨੇ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਵਨੀਤ ਬਿੱਟੂ ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਦੇ ਵਰਕਰ ਨੂੰ ਹੀ ਅਕਾਲੀ ਦਲ ਦਾ ਕਹਿ ਕੇ ਕਾਂਗਰਸ 'ਚ ਸ਼ਾਮਲ ਕਰਵਾ ਲਿਆ, ਜਿਸ ਸੰਬੰਧੀ ਉਹਨਾਂ ਨੇ ਕੁਝ ਸਬੂਤ ਵੀ ਮੀਡੀਆ ਅੱਗੇ ਪੇਸ਼ ਕੀਤੇ। ਉਹਨਾਂ ਕਿਹਾ ਕਿ ਜੇਕਰ ਰਵਨੀਤ ਬਿੱਟੂ ਕੋਲ ਕੋਈ ਕੰਮ ਨਹੀਂ ਹੈ ਤਾਂ ਉਹ ਅਜਿਹੇ ਕੰਮ ਵੀ ਨਾ ਕਰਨ। ਇਹਨਾਂ ਨੇ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਦੋਨੇ ਹੀ ਮੈਂਬਰ ਨਾ ਤਾਂ ਅਕਾਲੀ ਦਲ ਦੇ ਕੋਈ ਮੈਂਬਰ ਨੇ, ਨਾ ਕੋਈ ਅਕਾਲੀ ਦਲ ਦੇ ਸੰਬੰਧ ਰਹੇ, ਤੇ ਦੋਨੇ ਹੀ ਕਾਂਗਰਸੀ ਨੇ। ਆਪਣੇ ਸਾਹਮਣੇ ਫੋਟੋ ਆ, ਇਹਦੇ ਵਿੱਚ ਜਿਹੜੀ ਸੱਤ ਤਰੀਕ ਨੂੰ ਆਪਣਾ ਰਾਹੁਲ ਜੀ ਦੀ ਰੈਲੀ ਹੋਈ ਹੈ ਮੋਗੇ, ਉਹਦੇ ਵਿੱਚ ਆਹ ਬੱਸ ਪਾ ਰਹੇ ਨੇ। ਲੋਕਾਂ ਨੂੰ ਘਬਰਾ ਦਿੱਤਾ ਜਾ ਰਿਹਾ। ਮੈਂ ਬਿੱਟੂ ਜੀ ਨੂੰ ਅਪੀਲ ਕਰੂੰਗਾ ਕਿ ਤੁਸੀਂ ਜਦੋਂ ਵੀ ਕੋਈ ਵਰਕਰ ਕਿਸੇ ਪਾਰਟੀ 'ਚ ਸ਼ਾਮਲ ਹੋ, ਉਹਦੀ ਪਹਿਲਾਂ ਕਨਫਰਮੇਸ਼ਨ ਲਓ ਇਲਾਕੇ ਤੋਂ ਜਾਂ ਤੁਹਾਡੇ ਲੋਕਾਂ ਤੋਂ ਕਿ ਵਾਕਿਆ ਇਹ ਬੰਦਾ ਇਹ ਕਿਹੜੀ ਪਾਰਟੀ ਨਾਲ ਸੰਬੰਧ ਰੱਖਦਾ। ਇਹ ਕਿਉਂ ਭਰਮ ਕਿਉਂ ਫੈਲਾਇਆ ਜਾ ਰਿਹਾ, ਭਰਮ ਇੱਦਾਂ ਕਿਉਂ ਫੈਲਾਇਆ ਜਾ ਰਿਹਾ ਤੇ ਲੋਕਾਂ ਨੂੰ ਘਬਰਾ ਕਰਤਾ? ਕਿਉਂਕਿ ਲੋਕ ਹੁਣ ਜਦੋਂ ਜਾਂਦੇ ਆ ਪਿੰਡਾਂ ਦੇ ਵਿੱਚ, ਲੋਕ ਰੌਲਾ ਪਾਉਂਦੇ ਆ। ਹੰਬੜਾਂ ਦੇ ਵਿੱਚ ਆਏ ਸੀਗੇ, ਉੱਥੇ ਰੌਲਾ ਪਾਉਂਦੇ ਸੀ ਜੀ, ਇੱਥੇ ਰੇਤਾ ਨਹੀਂ ਆਇਆ ਵਿਖਦਾ ਪਿਆ, ਇੱਥੇ ਨਸ਼ੇ ਵਿਖਦੇ ਪਏ ਆ। ਜਦੋਂ ਇਹ ਜਿਹੀਆਂ ਗੱਲਾਂ ਲੋਕ ਕਹਿੰਦੇ ਆ, ਫਿਰ ਹੁਣ ਉਹ ਇਹੋ ਜਿਹਾ ਕੰਮ ਕਰਕੇ ਸਾਫ਼ ਕਰਨਾ ਚਾਹੁੰਦੇ ਆ ਵੀ ਲੋਕ ਤਾਂ ਸਾਡੀ ਪਾਰਟੀ ਜਾ ਰਹੇ। ਪਾਰਟੀ ਤਾਂ ਹੀ ਸ਼ਾਮਲ ਕੀਤਾ, ਤਰਲੋਚਨ ਸਬਰੀ ਜੀ ਇੱਥੇ ਬੈਠੇ ਨੇ, ਜਿਹੜੇ ਜਨਰਲ ਸਕੱਤਰ ਹੈਗੇ, ਧੰਨਵਾਦ, ਉਹ ਪਾਰਟੀ ਸ਼ਾਮਲ ਕੀਤੇ ਆ। 200 ਤੋਂ ਜ਼ਿਆਦਾ ਬਾਬਾ ਰਾਮਪਾਲ ਜੀ ਦੇ ਜਿਹੜੇ ਸੇਵਕ ਨੇ ਕਾਂਗਰਸ ਪਾਰਟੀ ਦੇ ਸੰਬੰਧ ਰੱਖਦੇ, ਉਹਨਾਂ ਸ਼ਾਮਲ ਕੀਤਾ। 22 ਤਰੀਕ ਨੂੰ ਅਸੀਂ ਵੀ ਯਸ਼ਵਿੰਦਰ ਗਰੇਵਾਲ ਜੀ ਸਾਡੇ ਉਮੀਦਵਾਰ ਨੇ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ, ਅਸੀਂ ਪਿੰਡਾਂ ਦੇ ਵਿੱਚ ਸ਼ੁਰੂ ਕਰ ਰਹੇ ਕੰਪੇਨ, ਹਰ ਇੱਕ ਪਿੰਡ ਦੇ ਵਿੱਚ ਅਸੀਂ ਸ਼ਾਮਲ ਕਰਦੇ। ਜਿਹੜੇ ਅਸੀਂ ਸ਼ਾਮਲ ਕਰਾਂਗੇ ਨਾ, ਉਹਦੇ ਚੋਂ ਕੋਈ ਕਿਸੇ ਦੇ ਨੁਕਤੇ 'ਚ ਨਹੀਂ ਕਰਕੇ ਦੱਸਣ ਵੀ ਆਹ ਤਾਂ ਭਾਈ ਤੁਹਾਡਾ ਅਕਾਲੀ। ਉੱਥੇ MP ਰਵਨੀਤ ਸਿੰਘ ਬਿੱਟੂ ਨੇ ਇਸ ਘਟਨਾ ਤੋਂ ਅਣਜਾਣ ਹੋਣ ਦੀ ਗੱਲ ਆਖੀ ਹੈ। ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਵਾਈ ਜਾਏਗੀ। ਮੈਨੂੰ ਨਹੀਂ ਪਤਾ ਸ਼ਿਵਾਲਿਕ ਸਾਹਿਬ ਕੀ ਕਹਿ ਰਹੇ ਕੀ ਨਹੀਂ ਕਹਿ ਰਹੇ। ਜਗਮੀਤ ਬਰਾੜ ਵੱਲੋਂ ਅਕਾਲੀ ਦਲ ਦਾ ਹੱਥ ਫੜਨ ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਉਹਨਾਂ ਕਿਹਾ ਕਿ ਉਹ ਕਾਫੀ ਸਮਾਂ ਪਹਿਲਾਂ ਕਾਂਗਰਸ 'ਚ ਸਨ ਤੇ ਇਸ ਤੋਂ ਬਾਅਦ ਤ੍ਰਿਣਮੂਲ ਕਾਂਗਰਸ 'ਚ ਚਲੇ ਗਏ। ਅਜੇ ਆਗੂ ਦੇ ਜਾਣ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਨਹੀਂ, ਕਾਂਗਰਸ ਤਾਂ ਉਹ ਹੈ ਨਹੀਂ ਸੀ, ਕਾਂਗਰਸ 'ਚ ਨਹੀਂ ਸੀ ਉਹ, ਬੜੇ ਪਰ ਬਹੁਤ ਸਾਲ ਹੋ ਗਏ ਕਈ, ਉਹ ਤਾਂ ਠੀਕ ਹੈ। ਮੈਨੂੰ ਲੱਗਦਾ ਤ੍ਰਿਣਮੂਲ ਕਾਂਗਰਸ ਦੇ ਵਿੱਚ ਸੀ ਸ਼ਾਇਦ, ਜਾਂ ਉਹ ਤੋਂ ਅਸਤੀਫਾ ਕਾਂਗਰਸ 'ਚ ਨਹੀਂ ਸੀਗੇ, ਇਸ ਕਰਕੇ ਕਾਂਗਰਸ ਦਾ ਕੋਈ ਇਹਦੇ ਨਾਲ ਲੈਣਾ ਦੇਣਾ ਨਹੀਂ, ਕਾਂਗਰਸ ਤੋਂ ਬਹੁਤ ਚਿਰ ਪਹਿਲਾਂ ਛੱਡ ਚੁੱਕੇ ਸੀ। ਬਿਊਰੋ ਰਿਪੋਰਟ, ਲੁਧਿਆਣਾ ਵਿਊ।